ਜਾਣਾ ਬੱਸ ਤੇ ਉਹ ਮੇਰਾ ਹੋਈ 7 ਵਜੇ ਤੇ 8 ਵਜੇ ਮੁੜ ਕੇ ਨਹੀਂ ਉਹ ਕਹਿੰਦੇ ਘਰ ਨੂੰ ਆਉਨੇ ਆ ਨਾਲ ਕੌਣ ਸੀ ਉਹਦੇ ਨਾਲ ਪਿੰਨੂ ਬਾਜੀ ਕਰ ਕਿੱਥੋਂ ਦਾ ਰਹਿਣ ਵਾਲਾ ਮੀਨੀਆਂ ਦਾ ਰਹਿਣ ਵਾਲਾ ਦੋਨੋਂ ਜਾਣੇ ਸੀ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਘਰੇ ਵਾਪਸ ਆਉਨੇ ਆ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਦੁਬਾਰਾ ਤੁਸੀਂ ਕਦੋਂ ਕਾਲ ਕੀਤੀ मैं फोन लाँगी रही हूँ भिन्नू चकता रहा वो जो दस दस साढ़े दस का टाइम हो गया कहते पेंड आ गए लखे के घर आ गए मैं छड़न आना इन मुड़के छड़न नहीं आए फोन बंद हो गए लखा भी साढ़े पिंड का ही बंदा हाँ जी मीनिंग वाला हाँ जी भी उन्होंने घर आ गए हाँ जी हाँ जी लोपो पहला भी लिखाई साड़ी मैं गुम आ मगर वो सच मगर वो लिखाई है मेरा दिमाग नहीं कम कम करता फिर मैं सियाण के फिर मेरे ना सारे जने मेंबर पंचायत गए फरीदकोट तो जो चौ दिन बाद फोटो आए हाँ जी ना जी ना जी ना ना जी ना सह ही बगते बस लत्तां पैर सब खड़े सी वो कहने कोई नहीं लैके गया गड्डी वाले दो भाई एम्बुलेंस वाले हाँ जी उस समय वो कहने कन्ना च नक मूह च सारे लहू आउंदा सी बच्चे मरे जी की भाल की कोई भी कि हुई अस दसी जाने उन्होंने कोई चक्कर नहीं चक्या गा धरना लाया हाँ मैनू तीन बंदे पिन्नू बाजीकर हरमन ते लखा सिंह हां मैं पुलिस नूं ओदां दी कही जांदी आ मेरी गल सुणदे नहीं कैमरे लवा के साडे पिंडों भी इतने बदनी थाने वाले तो गलीट करके कैमरे फिर उत्थे लाए आए भी बिचो फोटो निकलते पूर्व ठगी है जी ये गजंत सिंह जी की लगते हैं नछत्र सिंह थोड़े मेरे बेटे लगते तो थोड़ा बेटा कदों घरों कदों गया जी ये 15 नूं गया जी 15 नूं की दे नाल ये पिन्नू दे नाल गया जी पिन्नू थोड़े पिंड दा ही लेके गया जी ਪਿੰਨੂ ਕਿੱਥੋਂ ਦਾ ਰਹਿਣ ਵਾਲਾ ਉਹ ਮੀਨੀਆਂ ਦਾ ਹੀ ਹੈ ਮੀਨੀਆਂ ਦਾ ਰਹਿਣ ਵਾਲਾ ਬਾਜੀ ਘਰ ਉਹਦੇ ਨਾਲ ਘਰੋਂ ਗਏ ਹਾਂਜੀ ਕੀ ਕਹਿ ਕੇ ਗਿਆ ਘਰੋਂ ਘਰੋਂ ਜੀ ਕਹਿ ਕੇ ਗਿਆ ਵੀ ਘਰੇ ਵੀ ਮੋਟਰਸਾਈਕਲ ਲੈ ਕੇ ਆਉਣਾ ਇਹਦੀ ਮੰਮੀ ਇਹਨੂੰ ਜਾਣ ਨਹੀਂ ਸੀ ਦਿੰਦੀ ਅਸੀਂ ਘਰੇ ਨਹੀਂ ਸੀਗੇ ਤੇ ਉਹ ਧੱਕੇ ਦੇ ਨਾਲ ਡੈ ਗਿਆ ਦੋ ਵਾਰ ਇਹਨੇ ਮੋੜਿਆ ਵੀ ਉਹ ਮੋੜਿਆ ਨਹੀਂ ਗਿਆ ਉਹ ਦੁਬਾਰੇ ਫੇਰ ਤੀਜੀ ਵਾਰ ਆਣ ਕੇ ਰਹਿ ਹੀ ਗਿਆ ਸਾਡੇ ਆਖਰੀ ਵਾਰ ਤੁਹਾਡੇ ਨਾਲ ਕਦੋਂ ਗੱਲ ਹੋਈ ਉਹਦੀ ਇਹਦੀ ਜਦੋਂ ਜੀ ਉੱਥੇ ਗਏ ਆ मेरी ये नाल हुई है इस मौके गल हुई है जी इतों थोड़ा जहा लेट ही उदो मैं कम तो सी मैं फोन लाया मैं क्या भी पट्ठे पुठे पाते मैनू कहता भी मैं बरनाले हाँ मोटरसाइकिल लैन गए हैं तो मोटरसाइकिल लेके भाई असं घर आ जाएंगे मैं क्या जी ठीक आ मैं क्या भी आ जा तो उदू बाद जी ये उतों मोटरसाइकिल लेके तुरे आ तो वह पिन्नू घर आ गया ये आया नहीं गा इन्होंने पता नहीं की मारिया की नहीं मारिया सिर के बच्चे मार के सने लखा इन्होंने मारता उस बाद जो चौंकी के भी दरखास्त लिखाई सी दरखास्त दी पहला भी दी थी कि गुम की फिर दी उन्होंने भी आ बंदे चके जा कितने दिन बाद पता लग्या भी जो फरीदकोट दाखिल है वो तो जी सू चौथे दिन पता लग्या चौथे दिन सू पता लग्या जो तुम गए तो कोई गलबात हुई नहीं जी नहीं जमा गुम गुम
ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਜੀ, ਸਾਡਾ ਹੋਣਾ ਚਾਹੀਦਾ ਸਟਾਫ ਬਈ ਬੰਦੇ ਚੱਕਣ, ਉਹ ਪਰਚਾ ਪਾਉਣ ਉਹਨਾਂ ਦੇ। ਕੀ ਪੁਲਿਸ ਕੀ ਕਹਿੰਦੀ ਹੈ? ਪੁਲਿਸ ਕਹਿੰਦੀ, ਪੁਲਿਸ ਤਾਂ ਕੁਛ ਨਹੀਂ ਕਹਿੰਦੀ ਜੀ, ਉਹ ਤਾਂ ਕਹਿੰਦੀ ਵੀ ਧਰਨਾ ਚੱਕਿਆ ਜਾਵੇ ਅਤੇ ਬਸ ਸਰ। ਕੋਈ ਬੰਦਾ ਅਰੈਸਟ ਨਹੀਂ ਕੀਤਾ? ਨਾ ਜੀ, ਹੁਣ ਲੈ ਕੇ ਆਏ ਆ ਗੁੱਡੀਆਂ ਨੂੰ, ਅਤੇ ਹੁਣ ਕੋਈ ਪਤਾ ਨਹੀਂ ਗਾ ਵੀ ਇਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਅੱਜ ਜੋ ਇਹ ਦੁਰਘਟਨਾ ਜਿਹੜੀ ਬਹੁਤ ਹੀ ਭੈੜੀ ਵਾਪਰੀ ਆ, ਇੱਕ ਗਰੀਬ ਮਾਪਿਆਂ ਦਾ 30-31 ਸਾਲ ਦਾ ਕਮਾਊ ਪੁੱਤ ਜਿਹੜਾ ਸਾਥੋਂ ਸਦਾ ਲਈ ਵਿਛੜ ਗਿਆ, ਔਰ ਮਾਪਿਆਂ ਦੀ ਆਮਦਨ ਦਾ ਇੱਕੋ ਇੱਕ ਸਾਧਨ ਇਹ ਸੀ। ਅੱਜ ਸਾਡੇ ਇਹਨਾਂ ਬਹਾਦਰ ਲੋਕਾਂ ਨੇ, ਜਿਵੇਂ ਆਮ ਚੱਲਦਾ ਕਿ ਜਦੋਂ ਕਿਤੇ ਜ਼ੁਲਮ ਹੁੰਦਾ ਤਾਂ ਲੋਕ ਹੀ ਡਟ ਕੇ ਖੜ੍ਹਦੇ ਨੇ, ਮੈਂ ਸਾਰੇ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਬੜੇ ਟਾਈਮ ਸਿਰ ਇਸ ਪਰਿਵਾਰ ਦੇ ਨਾਲ ਆ ਕੇ ਖੜ੍ਹਾ। ਇਸ ਘਟਨਾ ਦੇ ਸੰਬੰਧ 'ਚ ਜੋ ਵੀ ਪੁਲਿਸ ਨੇ ਹੁਣ ਤੱਕ ਢਿੱਲੀ ਕਾਰਗੁਜ਼ਾਰੀ ਦਿਖਾਈ ਆ, ਉਹ ਬਹੁਤ ਮੰਦਭਾਗੀ ਆ। ਪੁਲਿਸ ਨੂੰ ਰਿਪੋਰਟ ਦਿੱਤੀ ਗਈ, ਲੋਪੋ ਚੌਂਕੀ 'ਚ ਦਿੱਤੀ ਗਈ, ਮਾਪੇ ਸ਼ਰੇਆਮ ਕਹਿ ਰਹੇ ਨੇ ਜਿਹੜੇ ਬੰਦਿਆਂ ਨੇ ਇਨਵਾਲਵ ਨੇ ਇਸ ਕੇਸ ਦੇ ਵਿੱਚ, ਉਹਨਾਂ ਦੇ ਨਾਮ ਲਏ ਜਾ ਰਹੇ ਨੇ। ਇਦੋਂ ਵੱਡੀ ਹੋਰ ਕੀ ਚੀਜ਼ ਹੋਊਗੀ? ਹਜੇ ਤੱਕ ਪੁਲਿਸ ਨੇ ਉਹਨਾਂ ਨੂੰ ਬੁਲਾਇਆ ਤੱਕ ਨਾ ਹੋਵੇ, ਅਤੇ ਚੌਂਕੀ ਦੇ ਵਿੱਚੋਂ ਥਾਣੇ ਤੱਕ ਨਾ ਰਿਪੋਰਟ ਗਈ ਹੋਵੇ। ਅਫਸਰ ਆ ਜਿਹੜੇ ਉਹ ਬੈਠੇ ਨੇ, ਇੱਥੇ ਡਿਪਟੀ ਦਾ ਵੀ ਹੈੱਡਕੁਆਟਰ ਆ, SHO ਵੀ ਆ, ਹੋਰ ਵੀ ਮਤਲਬ ਜਿਹੜਾ ਅਮਲਾ ਫੈਲਾ ਪੁਲਿਸ ਦਾ ਹੈਗਾ, ਔਰ ਇਹ ਅਮਲੇ ਫੈਲੇ ਦੀ ਇੱਕੋ ਡਿਊਟੀ ਆ ਲੋਕਾਂ ਨੂੰ ਇਨਸਾਫ ਦੇਣਾ। ਪਰ ਅੱਜ ਜੋ ਇਹ ਬੇਇਨਸਾਫੀ ਹੋਈ ਆ, ਜਿਹਦੇ ਖਿਲਾਫ ਸਾਡੀਆਂ ਬਹਾਦਰ ਭੈਣਾਂ ਡਟ ਕੇ ਆਈਆਂ ਨੇ, ਪਰਿਵਾਰ ਦੇ ਨਾਲ ਖੜ੍ਹੀਆਂ ਨੇ, ਅਤੇ ਲੋਕ ਖੜ੍ਹੇ ਨੇ, ਔਰ ਮੀਡੀਆ ਖੜ੍ਹਾ, ਮੈਂ ਪੁਲਿਸ ਨੂੰ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਮਤਲਬ ਜਿਹੜਾ ਹੈਗਾ ਨੌਜਵਾਨ ਦੀ ਜਿਹੜੀ ਡੈਥ ਹੋਈ ਆ, ਇਹਦੇ ਵਿੱਚ ਇਨਵੈਸਟੀਗੇਟ ਕਰਕੇ ਜੋ ਵੀ ਬੰਦੇ ਇਨਵਾਲਵ ਆ, ਇਹ ਕਤਲ ਹੋਇਆ ਜਾਂ ਇਹ ਦੁਰਘਟਨਾ ਕਿਵੇਂ ਵਾਪਰੀ ਆ, ਉਹਨੂੰ ਸਾਰੀ ਨੂੰ ਇਹਨਾਂ ਨੂੰ ਪੁਲਿਸ ਨੂੰ ਹੁਣ ਨੂੰ ਟਰੇਸ ਕਰ ਲੈਣਾ ਚਾਹੀਦਾ ਸੀ। ਅੱਜ ਵੀ ਇੱਕੋ ਹੀ ਮਤਲਬ ਜਿਹੜਾ ਪੁਲਿਸ ਅੱਗੇ ਸਾਡਾ ਲੋਕਾਂ ਦਾ ਜਿਹੜਾ ਇਕੱਠ ਆ ਉਹ ਮੰਗ ਕਰਦਾ ਕਿ ਇਹਨੂੰ ਟਰੇਸ ਕਰਕੇ ਜਿਹੜਾ ਸਹੀ ਮਾਪਿਆਂ ਨੂੰ ਇਨਸਾਫ ਦਿੱਤਾ ਜਾਵੇ, ਔਰ ਨੌਜਵਾਨ ਦੀ ਜਿਹੜੀ ਆਤਮਾ ਉਹਨੂੰ ਸਹੀ ਇਨਸਾਫ ਮਿਲ ਸਕੇ। ਅਫਸਰਾਂ ਦੀਆਂ ਐਡੀਆਂ ਵੱਡੀਆਂ ਤਨਖਾਹਾਂ ਜਿਹੜੀਆਂ ਸਰਕਾਰ ਦਿੰਦੀ ਆ, ਉਹ ਇਸੇ ਕੰਮ ਲਈ ਦਿੰਦੀ ਆ, ਸਾਨੂੰ ਇਨਸਾਫ ਦਿਵਾਉਣ ਲਈ ਦਿੰਦੀ ਆ। ਪਰ ਜੇ ਪੁਲਿਸ ਵੀ ਇਨਸਾਫ ਨਹੀਂ ਦਿੰਦੀ ਤਾਂ ਬੇਇਨਸਾਫੀ ਆ ਜਿਹੜੀ ਉਹ ਸਮਾਜ ਦੇ ਵਿੱਚ ਅਫਰਾ ਤਫਰੀ ਫੈਲਦੀ ਆ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਅਧਿਕਾਰੀਆਂ ਨੂੰ ਕਿ ਅੱਜ ਇਹ ਬਹੁਤ ਛੋਟਾ ਘੋਲ ਆ, ਅੱਜ ਧਰਨਾ ਬਹੁਤ ਛੋਟਾ, ਕਿਉਂਕਿ ਸ਼ੁਰੂਆਤ ਆ, ਅੱਜ ਹੀ ਪਤਾ ਲੱਗਾ। ਇਸ ਕਰਕੇ ਜਿਹੜਾ ਹੈਗਾ ਆਉਣ ਵਾਲੇ ਸਮੇਂ 'ਚ ਜਿਹੜੀਆਂ ਜਥੇਬੰਦੀਆਂ ਇਨਸਾਫ ਪਸੰਦ, ਖਾਸ ਕਰ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਜਿਹੜੀ ਇਸ ਇਲਾਕੇ ਦੇ ਵਿੱਚ ਬਹੁਤ ਵੱਡੀ ਜਥੇਬੰਦੀ ਆ, ਔਰ ਹਰ ਘੋਲ ਹਰ ਬੇਇਨਸਾਫੀ ਖਿਲਾਫ ਬੋਲਦੀ ਆ, ਲੜਦੀ ਆ, ਇਸ ਕਰਕੇ ਉਹ ਜਿਹੜਾ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਧਰਨੇ ਲੱਗਣਗੇ ਜੇ ਨਾ ਇਨਸਾਫ ਮਿਲਿਆ ਮਾਪਿਆਂ ਨੂੰ, ਤਾਂ ਇਹ ਧਰਨੇ ਜਿਹੜੇ ਆ ਉਹ ਇਹਨਾਂ ਦੀ ਪੁਲਿਸ ਦੀ ਜ਼ਿੰਮੇਵਾਰੀ ਹੋਵੇਗੀ, ਇਹ ਘੋਲ ਠੱਲਿਆ ਨਹੀਂ ਜਾਣਾ। ਇਹਨਾਂ ਸ਼ਬਦਾਂ ਨਾਲ ਹੀ ਮੈਂ ਫਿਰ ਮੀਡੀਆ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਪੁਲਿਸ ਨੂੰ ਵਾਰਨਿੰਗ ਆ, ਪੁਲਿਸ ਨੂੰ ਚੇਤਾਵਨੀ ਆ ਕਿ ਛੇਤੀ ਤੋਂ ਛੇਤੀ ਇਨਵੈਸਟੀਗੇਟ ਕਰਕੇ ਇਸ ਨੂੰ ਤਾਂ ਕਿਸੇ ਤਣ ਪੱਤਣ ਲਾਇਆ ਜਾਵੇ, ਔਰ ਮਾਪਿਆਂ ਨੂੰ ਇਨਸਾਫ ਦਿੱਤਾ ਜਾਵੇ। ਧੰਨਵਾਦ। ਇੱਕ ਜਿਹੜਾ ਹੈਗਾ ਨਿਸ਼ਤਰ ਸਿੰਘ ਨਾਂ ਦਾ ਨੌਜਵਾਨ ਸੀ, ਇਹ ਬੋਰਡੇ ਲਾਗੇ ਕਿਤੇ ਜ਼ਖਮੀ ਹਾਲਤ 'ਚ ਡਿੱਗਾ ਪਿਆ ਸੀ, ਜਿਹਨਾਂ ਨੂੰ ਐਂਬੂਲੈਂਸ ਰਾਹੀਂ ਜਿਹੜਾ ਹੈਗਾ ਪਹਿਲਾਂ ਸਿਵਲ ਹਸਪਤਾਲ ਮੋਗੇ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਰੈਫਰ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ। ਉਦੋਂ ਇਹਦੇ ਕਿਹੜੇ ਵੇਅਰ ਬੋਟ ਬਾਰੇ ਪਤਾ ਨਹੀਂ ਲੱਗਦਾ ਪਿਆ ਵੀ ਇਹ ਕੌਣ ਇੰਜਲਡ ਬੰਦਾ ਕਿੱਥੇ ਦਾ ਰਹਿਣ ਵਾਲਾ। ਜੋ ਦੋ ਤਿੰਨ ਦਿਨ ਬਾਅਦ ਇਹਦਾ ਪਤਾ ਲੱਗਾ ਵੀ ਇਹ ਮੀਨੀਆ ਦਾ ਰਹਿਣ ਵਾਲਾ ਸੀ। ਉਸ ਤੋਂ ਬਾਅਦ ਇਹਦਾ ਇਲਾਜ ਫਰੀਦਕੋਟ ਚੱਲਦਾ ਪਿਆ ਸੀ ਅਤੇ 25-2 ਨੂੰ ਇਹਦੀ ਉੱਥੇ ਇਲਾਜ ਦੌਰਾਨ ਡੈਥ ਹੋ ਗਈ ਹੈ। ਜੋ ਇਹਦਾ ਜਿਹੜਾ ਸ਼ੱਕ ਪ੍ਰਗਟ ਕਰਦੇ ਵੀ ਉਹ ਪਿੰਡ ਦਾ ਹੀ ਮੁੰਡਾ ਕੋਈ, ਵੀ ਉਹ 'ਤੇ ਸ਼ੱਕ ਕਰਦੇ ਵੀ ਹੋ ਸਕਦਾ ਵੀ ਉਹਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਅਤੇ ਸਾਡਾ ਮੁੰਡਾ ਉਹਦੇ ਕਰਕੇ ਮਰਿਆ। ਨਹੀਂ, ਇਸ ਸੰਬੰਧੀ ਸਾਡੇ ਕੋਲ ਕੋਈ ਤਫਤੀਸ਼ ਨਹੀਂ ਨਾ ਆ ਰਿਹਾ ਕੋਈ ਕਾਂਗਰਸ ਸਾਹਿਬ ਦੀ ਤਾਂ ਜਾਂ ਕੋਈ ਹੋਰ ਪਾਰਟੀ ਦਾ, ਇਹ ਜਿਹੜੀ ਇਨਵੈਸਟੀਗੇਸ਼ਨ ਆ ਬਿਲਕੁਲ ਪ੍ਰੋਪਰ ਹੀ ਕਰ ਰਹੇ ਹਾਂ। ਮਾਮਲੇ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ। ਇਨਵੈਸਟੀਗੇਸ਼ਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਸਭ ਭਾਵੇਂ ਸਿਲਸਿਲੇ ਲਿਆਉਂਦੇ ਜਾਣਗੇ।
दुखी भैन भरावां दे मसीहा पंजाब दे मशहूर ज्योतिष 50 सालां दा महान तजर्बा स्वामी शुक्राचार्य महाकाली उपासक तांत्रिक विधि नाल पाओ 100% गारंटी नाल हर परेशानी दा हल। पति पत्नी च झगड़ा, प्रेम ब्याह च रुकावट, सौदन दुश्मन दा खात्मा, विदेश च पक्का होना, कीता किराया, गुप्त वशीकरण कराओ, रुसे प्रेमी प्रेमिका नूं अपने बस च करो, लाटरी नंबर पाओ भावें 649 होवे जां लुटो मैक्स। प्यार च धोखा खा चुके प्रेमी प्रेमिका, एक बार जरूर संपर्क करो, मैं तुहाडा प्यार टुटण नहीं देवांगा। संपर्क करो 9879014।